हाँ जी, स्वागत है सब का बड़ैच ऑनलाइन क्लास के जो ई डी टी दी शार्ट पैंती पोस्टा ने उहदे लई एक नवा नोटिफिकेशन आया जी। ध्यान नाल देख लो की आ इस दे विच। घर घर रुजगार तहत डायरैक्टर सिक्ख्या भर्ती डायरैक्टोरेट पंजाब जिहड़ी एजुकेशन रिक्रूटमेंट बोर्ड है इन्हां ने एक नोटिस कढ़िया जी कल 3 तरीक नूं। की नोटिस आ उहदे विच देखो ਕੀ ਕਹਿੰਦੇ ਨੇ, ਕਹਿੰਦੇ ਘਰ ਘਰ ਰੁਜ਼ਗਾਰ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਈ ਟੀ ਟੀ ਕਾਡਰ ਦੀ ਜੋ 65-35 ਅਸਾਮੀਆਂ ਨੂੰ ਭਰਨ ਯੋਗ ਉਮੀਦਵਾਰਾਂ ਪਾਸੋਂ ਸਾਈਟ 'ਤੇ ਜਿਹੜਾ ਆਪਣੇ ਕੋਲੋਂ ਇਹਨਾਂ ਨੇ ਮੰਗ ਪੱਤਰ ਮੰਗੇ ਸੀ, ਔਨਲਾਈਨ ਦਰਖਾਸਤਾਂ ਮੰਗੀਆਂ ਸੀ। ਆਪਾਂ ਨੂੰ ਤਰੀਕ ਦਿੱਤੀ ਸੀ ਉਹਨਾਂ ਨੇ 3-3 ਤੋਂ ਲੈ ਕੇ 18 ਤੱਕ, 3-8 ਤੋਂ ਲੈ ਕੇ 3 ਅਗਸਤ ਤੋਂ ਲੈ ਕੇ 18 ਅਗਸਤ 2021 ਤੱਕ। ਪਰ ਹੁਣ ਇਹਦੇ ਬਾਅਦ 'ਚ ਵਾਅਦਾ ਕਰ ਦਿੱਤਾ ਗਿਆ ਕਿੰਨੀ ਤਰੀਕ ਤੱਕ ਜੀ, 7 ਸਤੰਬਰ ਤੱਕ ਵਾਅਦਾ ਕਰ ਦਿੱਤਾ ਗਿਆ। ਜਿਹੜਾ ਹੁਣ ਕੋਈ ਰਹਿ ਗਿਆ ਸੀ ਪਹਿਲਾਂ ਭਰਨਾ ਨਾ, ਤਾਂ ਉਹ 7 ਸਤੰਬਰ ਤੱਕ ਭਰ ਸਕਦਾ ਗਾ। ਬਾਕੀ ਸ਼ਰਤਾਂ ਸਾਰਾ ਕੁਛ ਵੈਬਸਾਈਟ 'ਤੇ ਉਪਲਬਧ ਹੈ, ਬਾਕੀ ਸਾਰਾ ਕੁਛ ਉਹੀ ਰੂ। ਹਜੇ ਪੇਪਰ ਬਾਰੇ ਕੁਛ ਨਹੀਂ ਦੱਸਿਆ ਵੀ ਪੇਪਰ, ਹੁਣ ਤਾਂ ਹਜੇ ਤੱਕ ਤਾਂ ਫਾਈਨਲ ਆ ਵੀ 19 ਸਤੰਬਰ ਨੂੰ ਹੀ ਹੋਊਗਾ, ਠੀਕ ਹੈ। ਪੇਪਰ 19 ਸਪਟੈਂਬਰ ਨੂੰ ਹੀ ਹੋਊਗਾ, ਇਹ ਤਾਂ ਹਜੇ ਤੱਕ ਤਾਂ ਫਾਈਨਲ ਹੀ ਰੱਖੋ ਅਤੇ ਆਪਣੀ ਤਿਆਰੀ ਰੱਖੋ ਵੱਧ ਤੋਂ ਵੱਧ। ਸਿਰਫ ਕੀ ਆ, ਔਨਲਾਈਨ ਦਰਖਾਸਤ ਦੇਣ ਦੇ ਵਿੱਚ ਜੇ ਕੋਈ ਰਹਿੰਦਾ ਸੀ ਪਹਿਲਾਂ, ਜਿਨ੍ਹਾਂ ਦਾ ਰਹਿ ਗਿਆ ਸੀ ਭਰਨਾ, ਤਾਂ ਉਹ 7 ਤਰੀਕ ਤੱਕ ਭਰ ਸਕਦਾ ਗਾ, ਠੀਕ ਹੈ। ਇਹੀ ਨੋਟੀਫਿਕੇਸ਼ਨ ਸੀ ਜੀ, ਤਾਜ਼ਾ ਨੋਟੀਫਿਕੇਸ਼ਨ ਹੈ, ਤਾਂ ਸਾਰੇ ਧਿਆਨ ਨਾਲ ਦੇਖ ਲਓ ਇਹਨੂੰ। ਜੇ ਕਿਸੇ ਦਾ ਕੋਈ ਮਿੱਤਰ ਪਿਆਰਾ ਰਹਿੰਦਾ ਸੀ ਜਿਹਦਾ ਜਿਹੜਾ ਪਹਿਲਾਂ ਰਹਿ ਗਿਆ ਸੀਗਾ ਪੋਸਟ ਭਰਨ ਕਰਨੀ, ਉਹ ਤਾਂ ਉਹ ਹੁਣ ਭਰ ਸਕਦਾ ਹੈਗਾ, ਠੀਕ ਹੈ। ਉਹਦੀ 7 ਤਰੀਕ ਤੱਕ ਹੈ, ਅੱਜ 4 ਹੋ ਚੁੱਕੀ ਹੈ, ਤਾਂ 7 ਤੱਕ ਰਹਿੰਦਾ ਜੀ। 3 ਦਿਨ ਨੇ ਆਪਣੇ ਕੋਲ, ਤਾਂ ਇਹ ਅਪਲਾਈ ਕਰ ਸਕਦਾ, ਠੀਕ ਹੈ। ਬਾਕੀ ਆਪਣੇ ਚੈਨਲ ਦੇ ਉੱਪਰ ਈ ਟੀ ਟੀ 65 ਦੇ ਲਈ ਕਲਾਸਾਂ ਚੱਲ ਰਹੀਆਂ ਨੇ, ਅਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੇਂ ਨੋਟੀਫਿਕੇਸ਼ਨ ਈ ਟੀ ਟੀ ਬਾਰੇ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਜਾਂ ਕਿਸੇ ਹੋਰ ਜੋਬ ਬਾਰੇ ਵੀ, ਤਾਂ ਉਸ ਸਭ ਤੋਂ ਪਹਿਲਾਂ ਆਪਣੇ ਚੈਨਲ 'ਤੇ ਤੁਹਾਨੂੰ ਦਿਖਾਇਆ ਜਾਊਗਾ, ਠੀਕ ਹੈ। ਉਹਦੇ ਬਾਰੇ ਸਾਰਾ ਕੁਝ ਦੱਸਿਆ ਜਾਊਗਾ। ਤਾਂ ਈ ਟੀ ਟੀ 65 ਦੀਆਂ ਪੋਸਟਾਂ ਨੇ, ਉਹਦੇ ਲਈ ਤਰੀਕ ਆ ਜਿਹੜੀ 7-9 ਕਰ ਦਿੱਤੀ ਗਈ ਹੈ, ਠੀਕ ਹੈ ਜੀ। ਅਪਲਾਈ ਕਰਨ ਦੀ ਤਰੀਕ ਆ ਜਿਹੜੀ, ਉਹਦੇ ਵਿੱਚ ਵਾਅਦਾ ਕੀਤਾ ਗਿਆ ਹੈਗਾ। ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਮੈਂਟ ਕਰਦੇ ਰਹੋ, ਠੀਕ ਹੈ ਜੀ। ਬਸ ਇੰਨੀ ਕੁ ਨੋਟੀਫਿਕੇਸ਼ਨ ਸੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਬਾਕੀ ਆਪਣੀਆਂ ਕਲਾਸਿਸ ਨੇ ਜਿਹੜੀਆਂ ਉਹ ਰੈਗੂਲਰ ਚੱਲ ਰਹੀਆਂ ਨੇ, ਸਾਇੰਸ, ਮੈਥ, SST ਵਗੈਰਾ ਦੀਆਂ ਸਾਰੀਆਂ ਆਪਣੀਆਂ ਕਲਾਸਿਸ ਰੈਗੂਲਰ ਚੱਲ ਰਹੀਆਂ ਨੇ। ਚੈਨਲ ਨਾਲ ਜੁੜੇ ਰਹੋ ਅਤੇ ਨੋਟੀਫਿਕੇਸ਼ਨ ਬਟਨ ਨੂੰ ਵੀ ਕਲਿੱਕ ਕਰਕੇ ਰੱਖੋ, ਠੀਕ ਹੈ ਜੀ, ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਜਦੋਂ ਵੀ ਚੈਨਲ 'ਤੇ ਕੋਈ ਵੀਡੀਓ ਪੈਂਦੀ ਹੈ ਤਾਂ ਨੋਟੀਫਿਕੇਸ਼ਨ ਆ ਸਕੇ, ਠੀਕ ਹੈ ਜੀ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਜੀ, ਥੈਂਕ ਯੂ।